ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ। ਪਿੰਡ ਥਲਾਂ ਦੀ ਵਾਸੀ ਪ੍ਰਵੀਨ ਕੁਮਾਰੀ ਨੇ ਆਪਣੇ ਨੰਦੋਈਏ ਰਾਮ ਤੇ ਆਰੋਪ ਲਗਾਇਆ ਕਿ ਉਹ ਇੱਕ ਬਾਬਾ ਬਣਿਆ ਹੋਇਆ ਹੈ ਜੋ ਲੋਕਾਂ ਤੇ ਟੂਣੇ ਕਰਦਾ ਹੈ। ਇਸ ਦੇ ਕਾਰਨ ਹੀ ਉਸਦੇ 2 ਸਾਲ ਲੜਕੇ ਦੀ ਵੀ ਮੌਤ ਹੋ ਗਈ, ਜਿਸ ਨੂੰ ਲੈ ਕੇ ਪ੍ਰਵੀਨ ਕੁਮਾਰੀ ਦੁਆਰਾ ਲਗਾਏ ਗਏ ਆਰੋਪਾਂ ਤੇ ਉਸਨੇ ਉਸਦੇ ਘਰ ਦਾਖਲ ਹੋ ਕੇ ਉਸਦੀ ਚਮਟਿਆਂ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ। ਪ੍ਰਵੀਨ ਨੇ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਦਰਖਾਸਤ ਵੀ ਦਿੱਤੀ ਸੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਕਿ ਆਰੋਪੀ ਰਾਮ ਦੀ ਗੱਦੀ ਵੀ ਚੱਕੀ ਜਾਵੇ ਅਤੇ ਉਸ ਨੂੰ ਸਖ਼ਤ ਕਾਨੂੰਨੀ ਸਜ਼ਾ ਵੀ ਦਿੱਤੀ ਜਾਵੇ। ਹਾਂਜੀ, ਠੀਕ ਹੈ। ਬਾਬਾ ਬਣਿਆ ਹੋਇਆ ਆ, ਅੱਛਾ ਜੀ, ਚੌਂਕੀ ਲਾਉਂਦਾ ਬਾਬਾ ਬਣਿਆ ਹੋਇਆ ਆ ਤੇ ਲੋਕਾਂ ਤੇ ਟੂਣੇ ਟਾਮਣ ਕਰਦਾ ਆ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਤੇ ਟੂਣੇ ਟਾਮਣ ਕਰਦੇ ਹੋ, ਮੇਰਾ ਬੇਟਾ ਵੀ 1 ਸਾਲ 2 ਮਹੀਨਿਆਂ ਦਾ ਮੁੱਕ ਗਿਆ ਹੈ, ਅਸੀਂ ਕਿਹਾ ਵੀ ਇਹਨਾਂ ਦੇ ਚੱਕਰ 'ਚ ਗਿਆ ਕਿਉਂਕਿ ਇਹ ਟੂਣੇ ਟਾਮਣ ਕਰਦਾ ਹੈ ਤੇ ਉਹਨੇ ਉਹੀ ਰੰਜਿਸ਼ ਕੱਢਣ ਦੇ ਲਈ ਤੇ ਕੋਲ ਚਿਮਟਾ ਵੀ ਲੈ ਕੇ ਆਏ ਸੀ, ਆਉਂਦੇ ਨੇ ਘਰੇ ਆ ਕੇ ਮੇਰੇ ਚਪੇੜਾਂ ਮਾਰੀਆਂ ਤੇ ਉਸ ਤੋਂ ਬਾਅਦ ਮੇਰੇ ਇੱਥੇ ਚਿਮਟਾ ਮਾਰਿਆ ਆ ਤੇ ਢੂਹੀ 'ਚ ਵੀ ਚਿਮਟੇ ਮਾਰੇ ਆ, ਘਰ ਆ ਕੇ ਹਮਲਾ ਕੀਤਾ। ਠੀਕ ਹੈ, ਅਸੀਂ ਹੁਣ ਦਰਖਾਸਤ ਵੀ ਦਿੱਤੀ ਹੈ ਪਰ ਹਾਲੇ ਕੁਛ ਗੱਲ ਬਣੀ ਨਹੀਂ। ਦਰਖਾਸਤ ਕਿੱਥੇ ਦਿੱਤੀ ਤੁਸੀਂ? ਅਸੀਂ ਸਰ 181 ਤੇ ਕੀਤੀ ਸੀ। ਨਹੀਂ, ਇੱਥੇ ਆਪਣੇ ਤੁਸੀਂ ਚੌਂਕੀ ਨਹੀਂ ਕੀਤੀ ਦਰਖਾਸਤ? ਹਾਂਜੀ, ਅਸੀਂ ਪਹਿਲਾਂ ਫੋਨ ਕੀਤਾ ਸੀ ਤੇ ਸਾਰੇ ਚੌਂਕੀ ਵਾਲੇ ਆਏ ਸੀ ਤੇ ਉਹਨੂੰ ਲੈ ਰਹੇ ਤੇ ਫਿਰ ਛੱਡ ਵੀ ਦਿੱਤਾ ਹੈ ਤੇ ਉਸ ਤੋਂ ਬਾਅਦ ਸਾਨੂੰ ਫੈਸਲੇ ਲਈ ਬੁਲਾਇਆ ਗਿਆ। ਅਸੀਂ ਸਾਫ਼ ਇਨਕਾਰ ਕਰਤਾ ਕਿ ਫੈਸਲਾ ਨਹੀਂ ਕਰਨਾ, ਉਹਨਾਂ ਦੇ ਸਰਪੰਚ ਸਾਹਿਬ ਨੇ ਕਿਹਾ ਕਿ ਲੈ ਦੇ ਕੇ ਕੁਝ ਮਸਲਾ ਦਫਾ ਦਫਾ ਕਰ ਦੋ, ਸਾਡੀ ਹੁਣ ਇਹੀ ਮੰਗ ਆ। ਤੁਸੀਂ ਕੀ ਚਾਹੁੰਦੇ ਹੋ ਹੁਣ? ਕਿ ਉਹਦੀ ਗੱਦੀ ਵੀ ਚੱਕ ਹੋਵੇ ਤੇ ਉਹਨੂੰ ਕਾਨੂੰਨੀ ਸਜ਼ਾ ਦੇ। ਗੱਦੀ ਕਿੱਥੇ ਲਾਉਂਦਾ ਉਹ? ਗੱਦੀ ਸਰ ਘਰੇ ਲਗਾਉਂਦਾ ਹੈ। ਘਰੇ ਲਗਾਉਂਦਾ, ਕੀ ਕਰਦਾ ਲੋਕਾਂ ਨੂੰ, ਮਤਲਬ ਗੱਦੀ ਲਗਾ ਕੇ ਕੀ ਕਰਦੇ ਹੋ? ਸਰ ਬਸ ਗੱਦੀ ਲਗਾ ਕੇ ਲੋਕਾਂ ਦੇ ਕਹਿੰਦਾ ਭੂਤ ਪ੍ਰੇਤ ਕੱਢਦਾ, ਘਰ ਦੇ ਬੰਨਣ ਕਰਦਾ ਆ, 11,000 ਰੁਪਇਆ ਰੱਖਿਆ ਹੈ, ਉਹਨਾਂ ਗੱਲ ਕਰਨ ਦਾ 100 ਰੁਪਇਆ ਲੱਗਦਾ ਹੈ। ਅੱਛਾ ਜੀ, ਹਾਂਜੀ ਜੀ, ਉਹਦੇ ਨਾਲ ਗੱਲ ਕਰਨੀ ਹੈ ਤੇ ਕਹਿੰਦਾ ਮੇਰੇ ਸਰ ਲੱਖਾਂ ਦਾ ਦਾਤਾ ਆਉਂਦਾ ਆ, 9 ਵਜੇ ਤੋਂ ਲੱਖਾਂ ਦਾ ਦਾਤਾ ਉਹਦੇ ਸਿਰ ਆ ਜਾਂਦਾ ਆ, ਸ਼ਾਮ 3 ਵਜੇ ਤੇ ਜਾਂ 4 ਵਜੇ ਤੇ ਰਹਿੰਦਾ ਹੈ ਪਹਿਰਾ, ਉਹਦਾ ਇਹ ਕਹਿਣਾ ਹੈ ਕਿ ਲੱਖਾਂ ਦਾ ਦਾਤਾ ਆਉਂਦਾ ਮੇਰੇ ਸਰ। ਤੁਹਾਨੂੰ ਪ੍ਰੋਬਲਮ ਸੀ ਉਹ ਕਾਹਲੇ ਸੀ, ਕੀ ਕਹਿੰਦੇ ਸੀ ਸਾਰੇ, ਕੋਈ ਹਰੇਕ ਹੋ ਜਾਂਦੇ ਸੀ, ਕੀ ਕਹਿੰਦੇ ਸੀ ਉਹ? ਹਾਂਜੀ ਸਰ, ਮੈਨੂੰ ਬਸ ਇਹ ਪ੍ਰੋਬਲਮ ਸੀਗੀ, ਉਸਦਾ ਹੀ ਨਾਮ ਆਉਂਦਾ ਸੀਗਾ, ਮੈਂ ਕਾਫੀ ਮਤਲਬ ਕਸਰ ਦੇ ਵਿੱਚ ਰਹੀ ਹਾਂ ਤੇ ਉਹਦਾ ਹੀ ਨਾਮ ਆਉਂਦਾ ਸੀਗਾ ਮੋਰੇ ਕਿ ਉਹ ਹੀ ਕਰਦਾ ਸੀ। ਮਤਲਬ ਸ਼ੱਕ ਆ ਵੀ ਉਹ ਤੁਹਾਡੇ ਤੇ ਕੁਛ ਨਾ ਕੁਛ ਇਦਾਂ ਦਾ ਕੰਮ ਕਰਨਾ ਚਾਹੁੰਦਾ? ਹਾਂਜੀ ਸਰ, ਦੇਖਿਆ ਆ ਸੀ, ਮਤਲਬ ਜਦੋਂ ਵੀ ਘਰੇ ਸਾਡੇ ਆਉਂਦੇ ਆ ਜਾਂ ਮਠਿਆਈ ਲੈ ਕੇ ਕੁਛ ਆਉਂਦੇ ਆ, ਉਸ ਤੋਂ ਬਾਅਦ ਅਸੀਂ ਪੂਰਾ ਪਰਿਵਾਰ ਬਿਮਾਰ ਪੈ ਜਾਂਦੇ ਆ, ਕੁਛ ਨਾ ਕੁਛ ਖਾਣ ਨੂੰ ਲੈ ਕੇ ਆਉਂਦੇ ਸਾਡੇ ਲਈ, ਪਤਾ ਨਹੀਂ ਉਸਦੇ ਵਿੱਚ ਉਹ ਕੀ ਕਰ ਦਿੰਦੇ ਆ ਕੀ ਨਹੀਂ ਕਰ ਦਿੰਦੇ। ਹੁਣ ਇਸ ਟਾਈਮ ਸਾਨੂੰ ਮਤਲਬ ਖਤਰਾ, ਉਹਦੀ ਕੁੜੀ ਨੇ ਵੀ ਧਮਕੀ ਦਿੱਤੀ ਆ ਸਾਨੂੰ ਫੋਨ ਕਰਕੇ, ਕਿਹਾ ਆ ਕਿ ਅਸੀਂ ਹੁਣ ਸਾਰਿਆਂ ਦਾ ਹੁੰਝਾ ਫੇਰਨਾ ਹੈ। ਕਿਹੜੇ ਪਿੰਡ ਡੇਰਾ ਉਹਨਾਂ ਦਾ? ਉਹਨਾਂ ਦਾ ਸਰ ਗੁਰੂਪੜ, ਰਾਮ ਬਾਬਾ ਜੀ ਕਹਿੰਦੇ ਆ। ਤੇ ਤੁਹਾਡਾ ਕਿੱਥੇ ਆ ਘਰ, ਕਿਹੜਾ ਪਿੰਡ ਆ? ਸਾਡਾ ਥੜਾ ਆ, 17 ਕਿਲੋਮੀਟਰ ਦਾ ਫਰਕ ਆ। ਤੁਹਾਡਾ ਥੜਾ ਆ, ਠੀਕ ਹੈ ਜੀ। ਦੂਜੇ ਪਾਸੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਰਾਮ ਨੇ ਕਿਹਾ ਕਿ ਅਸੀਂ ਤਾਂ ਪਰਿਵਾਰਕ ਤੌਰ ਤੇ ਉਹਨਾਂ ਦੇ ਦੁੱਖ 'ਚ ਸ਼ਾਮਲ ਹੋਣ ਦੇ ਲਈ ਗਏ ਸੀ, ਨਾ ਕਿ ਉਹਨਾਂ ਦੀ ਕੋਈ ਕੁੱਟਮਾਰ ਕੀਤੀ ਗਈ। ਦੇਖੋ ਸਰ, ਪਹਿਲੀ ਗੱਲ ਤਾਂ ਇਹ ਵੀ ਅਸੀਂ ਆਪਣਾ ਕੋਲ ਹਥਿਆਰ ਨਹੀਂ, ਕੋਈ ਚਮਟਾ ਜਾਂ ਕੁਛ ਹੋਰ ਨਹੀਂ ਲੈ ਕੇ ਜਾਈਦਾ, ਅਸੀਂ ਗਏ ਹਾਂ ਪਰਿਵਾਰਕ ਤੌਰ ਦੇ ਉੱਤੇ ਦੁੱਖ ਦੇ ਵਿੱਚ ਸ਼ਰੀਕ ਹੋਣ ਲਈ, ਬੀਬੀ ਖੇਡਦੀ ਜਾਂ ਕੁਛ ਵੀ ਕਰਦੀ ਆ, ਸਾਨੂੰ ਉਹਨਾਂ ਨੇ ਸੱਦਿਆ, ਅਸੀਂ ਉੱਥੇ ਹਾਜ਼ਰ ਹੋ ਗਏ ਹਾਂ, ਕਿਉਂਕਿ ਅੱਗੇ ਵੀ ਜੇ ਕੋਈ ਉਹਨਾਂ ਦੇ ਮੁਸੀਬਤ ਆਉਂਦੀ ਹੈ ਤਾਂ ਅਸੀਂ ਰਾਤ ਦਿਨ ਉੱਥੇ ਜਾਈਦਾ, ਰਿਸ਼ਤੇਦਾਰੀ ਦੇ ਤੌਰ ਦੇ ਉੱਤੇ ਜਾ ਕੇ ਆਈਦਾ, ਅਸੀਂ ਕੋਈ ਉਹਨਾਂ ਨੂੰ ਕੁੱਟਮਾਰ ਨਹੀਂ ਕੀਤੀ, ਕੋਈ ਕੁਛ ਨਹੀਂ, ਸਾਡੇ ਬੱਚੇ ਆ, ਅਸੀਂ ਕਾਹਤੇ ਕੁੱਟਣਾ ਉਹਨਾਂ ਨੂੰ, ਬਸ ਇੰਨੀ ਕੁ ਸਾਡੀ ਬੇਨਤੀ ਆ, ਜੋ ਉਹਨਾਂ ਨੇ ਕਾਰਵਾਈ ਕਰਾਉਣੀ ਸੀਗੀ ਉਹਨਾਂ ਨੇ ਕਰਾ ਦਿੱਤੀ ਹੈ, ਸਾਡੇ ਕੋਲ ਕੋਈ ਚਮਟਾ ਨਹੀਂ ਗਾ ਜੀ, ਸਾਡੇ ਕੋਲ ਕੁਛ ਨਹੀਂ ਗਾ, ਉੱਥੇ ਜਗ੍ਹਾ ਆ, ਜਗ੍ਹਾ ਤੇ ਜੋ ਕੁਛ ਵੀ ਹੋਊਗਾ ਉਹੀ ਹੋਊਗਾ ਜੀ, ਸਾਡੇ ਕੋਲ ਕੁਛ ਨਹੀਂ। ਬਿਊਰੋ ਰਿਪੋਰਟ, ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।